ਤੁਹਾਡਾ ਸਵਾਗਤ ਹੈ ਇੱਕ ਵਾਰੀ ਫੇਰ ਤੋਂ ਸਾਡੇ ਇਸ ਚੈਨਲ ਦੇ ਉੱਤੇ। ਇਸ ਚੈਨਲ ਦੇ ਉੱਤੇ ਲਗਾਤਾਰ ਤੁਸੀਂ ਬਹੁਤ ਸਾਰੀਆਂ ਖਬਰਾਂ, ਬਹੁਤ ਸਾਰੀਆਂ ਸਟੋਰੀਆਂ ਅਤੇ ਬਹੁਤ ਸਾਰੇ ਧਾਰਮਿਕ ਥਾਵਾਂ ਦੀਆਂ ਜਿਹੜੇ ਆ ਤੁਹਾਨੂੰ ਅਸੀਂ ਦਰਸ਼ਨ ਕਰਾਉਂਦੇ ਰਹਿੰਦੇ ਹਾਂ। ਜਿੰਨੇ ਵੀ ਸਾਡੇ ਨੇੜੇ ਤੇੜੇ ਦੇ ਇਤਿਹਾਸਕ ਸਥਾਨ ਨੇ ਉਹਨਾਂ ਦੇ ਤੁਹਾਨੂੰ ਅਸੀਂ ਦਰਸ਼ਨ ਕਰਾ ਚੁੱਕੇ ਹਾਂ। ਅੱਜ ਅਸੀਂ ਪਹੁੰਚੇ ਹਾਂ ਇੱਕ ਸ਼ੇਸ਼ਨਾਗ ਮੰਦਿਰ ਦੇ ਵਿੱਚ, ਤੁਹਾਨੂੰ ਸ਼ੇਸ਼ਨਾਗ ਮੰਦਿਰ ਦੇ ਦਰਸ਼ਨ ਕਰਾਉਂਦੇ ਹਾਂ। ਸ਼ੇਸ਼ਨਾਗ ਮੰਦਿਰ ਦੀ ਵਿਸ਼ੇਸ਼ਤਾ ਕੀ ਹੈ? ਕਹਿੰਦੇ ਨੇ ਕਿ ਇੱਥੇ ਆਉਂਦਿਆਂ ਹੀ ਮਨ ਨੂੰ ਜਿਹੜੀ ਹੈ ਬਹੁਤ ਜ਼ਿਆਦਾ ਜਿਹੜੀ ਹੈ ਸ਼ਾਂਤੀ ਮਿਲ ਜਾਂਦੀ ਹੈ। ਇਸ ਜਗ੍ਹਾ ਦੇ ਦਰਸ਼ਨ ਕਰਾਉਂਦੇ ਹਾਂ, ਜਗ੍ਹਾ ਕਿੱਥੇ ਆ, ਕਿਵੇਂ ਆ, ਸਾਰੀ ਗੱਲਬਾਤ ਤੁਹਾਨੂੰ ਜਿਹੜੀ ਇਹ ਦਿਖਾਉਂਦੇ ਹਾਂ। ਨਾਲ ਦੀ ਨਾਲ ਇੱਥੇ ਦੇ ਸੇਵਾਦਾਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਸ ਮੰਦਿਰ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਅਤੇ ਇਹ ਮੰਦਿਰ ਕਿੰਨੇ ਸਾਲ ਪੁਰਾਣਾ ਆ। ਬਹੁਤ ਵਧੀਆ ਅਤੇ ਬਹੁਤ ਹੀ ਸ਼ਾਂਤਮਈ ਇਲਾਕੇ ਦੇ ਵਿੱਚ ਇਹ ਸ਼ੇਸ਼ਨਾਗ ਮੰਦਿਰ ਆ ਅਤੇ ਆਓ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਸ਼ੇਸ਼ਨਾਗ ਮੰਦਿਰ ਦੇ। ਨਾਲ ਦੀ ਨਾਲ ਜਿਹੜੀ ਇਹ ਤੁਹਾਡੀ ਗੱਲਬਾਤ ਵੀ ਕਰਾਉਂਦੇ ਹਾਂ ਸੇਵਾਦਾਰਾਂ ਦੇ ਨਾਲ। ਚਲੋ ਦੋਸਤੋ, ਅਸੀਂ ਤੁਹਾਨੂੰ ਇਸ ਟਾਈਮ ਦਰਬਾਰ ਦੇ ਅੰਦਰ ਲੈ ਕੇ ਚੱਲਦੇ ਹਾਂ ਜਿੱਥੇ ਕਿ ਤੁਹਾਨੂੰ ਅੱਜ ਅਸੀਂ ਦਰਬਾਰ ਦੇ ਦਰਸ਼ਨ ਕਰਵਾਉਂਦੇ ਹਾਂ। ਸ਼ੇਸ਼ਨਾਗ ਮੰਦਿਰ ਦੇ ਵਿੱਚ ਪਹੁੰਚੇ ਹੋਏ ਹਾਂ। ਸ਼ੇਸ਼ਨਾਗ ਮੰਦਿਰ ਜੋ ਕਿ ਬਹੁਤ ਹੀ ਸੋਹਣਾ ਮੰਦਿਰ ਜਿਹੜਾ ਇਸ ਟਾਈਮ ਦੇਖਦੇ ਪਏ ਹੋ ਤੁਸੀਂ, ਬਹੁਤ ਹੀ ਜ਼ਿਆਦਾ ਸ਼ਾਂਤਮਈ ਇਲਾਕੇ ਦੇ ਵਿੱਚ ਇਹ ਮੰਦਿਰ ਹੈ। ਮੰਦਿਰ ਕਿੱਥੇ ਹੈ ਇਹਦੇ ਬਾਰੇ ਵੀ ਤੁਹਾਨੂੰ ਜਿਹੜੀ ਇਹ ਜਾਣਕਾਰੀ ਪ੍ਰੋਪਰ ਦੇਵਾਂਗੇ ਅਤੇ ਨਾਲ ਦੀ ਨਾਲ ਜਿਹੜੇ ਆ ਤੁਹਾਨੂੰ ਅਸੀਂ ਜਿਹੜੇ ਆ ਸ਼ੇਸ਼ਨਾਗ ਮੰਦਿਰ ਦੇ ਜਿਹੜੇ ਆ ਦਰਸ਼ਨ ਕਰਵਾਉਂਦੇ ਹਾਂ। ਬਹੁਤ ਹੀ ਪੁਰਾਣੀ ਇੱਕ ਇੱਥੇ ਬੇਰੀ ਵੀ ਦੇਖਣ ਨੂੰ ਮਿਲਦੀ ਪਈ ਹੈ ਜਿਹਦੀ ਕਿ ਜੜ੍ਹ ਦੇ ਉੱਤੋਂ ਜਿਹੜੀ ਫਿਲਹਾਲ ਡਿੱਗੀ ਹੋਈ ਹੈ ਹਵਾਵਾਂ ਦੇ ਨਾਲ। ਅਤੇ ਬਹੁਤ ਹੀ ਸੋਹਣਾ ਜਿਹੜਾ ਦਰਬਾਰ ਆ ਤੁਸੀਂ ਦੇਖਦੇ ਪਏ ਹੋ ਸ਼ੇਸ਼ਨਾਗ ਮੰਦਿਰ, ਜਿੱਥੇ ਕਿ ਅਸੀਂ ਤੁਹਾਨੂੰ ਅੱਜ ਦਰਸ਼ਨ ਕਰਾ ਰਹੇ ਹਾਂ ਮੰਦਿਰ ਦੇ। ਸ਼ੇਸ਼ਨਾਗ ਮੰਦਿਰ ਦੇ ਅਸੀਂ ਤੁਹਾਨੂੰ ਜਿਹੜੇ ਆ ਇੱਥੇ ਦਰਸ਼ਨ ਕਰਾ ਰਹੇ ਹਾਂ ਅਤੇ ਤੁਸੀਂ ਸਾਡੇ ਨਾਲ ਅੱਜ ਸ਼ੇਸ਼ਨਾਗ ਮੰਦਿਰ ਦੇ ਜਿਹੜੇ ਆ ਦਰਸ਼ਨ ਕਰੋਗੇ। ਪਹਿਲਾਂ ਤਾਂ ਐਂਟਰੀ ਦੇ ਉੱਤੇ ਜਿਹੜਾ ਆ ਇੱਕ ਛੋਟਾ ਜਿਹੜਾ ਮੰਦਿਰ ਤੁਸੀਂ ਦੇਖਦੇ ਪਏ ਹੋ, ਇਹ ਮੰਦਿਰ ਹੈ ਸ਼ੇਸ਼ਨਾਗ ਮੰਦਿਰ ਦੇ, ਜਿੱਥੇ ਕਿ ਬਹੁਤ ਹੀ ਖੂਬਸੂਰਤ ਜਿਹੜਾ ਆ ਮੰਦਿਰ ਤੁਸੀਂ ਦੇਖਦੇ ਪਏ ਹੋ। ਦੱਸਿਆ ਜਾਂਦਾ ਕਿ ਸ਼ਨੀਵਾਰ ਨੂੰ ਇੱਥੇ ਬਹੁਤ ਜ਼ਿਆਦਾ ਰਸ ਅਤੇ ਬਹੁਤ ਜ਼ਿਆਦਾ ਜਿਹੜੀ ਹੈ ਸੰਗਤ ਹੁੰਦੀ ਹੈ। ਸ਼ਨੀਵਾਰ ਨੂੰ ਬਹੁਤ ਜ਼ਿਆਦਾ ਜਿਹੜਾ ਇੱਥੇ ਰਸ ਹੁੰਦਾ ਆ, ਬਹੁਤ ਜ਼ਿਆਦਾ ਦੂਰੋਂ ਦੂਰੋਂ ਲੋਕ ਜਿਹੜੇ ਆ ਇਸ ਸਥਾਨ ਦੇ ਜਿਹੜੇ ਦਰਸ਼ਨ ਕਰਨ ਆਉਂਦੇ ਆ। ਪਰ ਅਸੀਂ ਜਿਹੜਾ ਆ ਅੱਜ ਐਤਵਾਰ ਦੇ ਦਿਨ ਜਿਹੜਾ ਆ ਇਸ ਦਰਬਾਰ ਦੇ ਵਿੱਚ ਪਹੁੰਚੇ ਹਾਂ ਅਤੇ ਤੁਹਾਨੂੰ ਜਿਹੜੇ ਆ ਦਰਸ਼ਨ ਕਰਵਾਉਣ ਜਾ ਰਹੇ ਹਾਂ ਅਸੀਂ ਸ਼ੇਸ਼ਨਾਗ ਮੰਦਿਰ ਦੇ। ਬਹੁਤ ਹੀ ਖੂਬਸੂਰਤ ਮੰਦਿਰ ਜਿਹੜਾ ਕਿ ਤੁਸੀਂ ਮੇਰੇ ਨਾਲ ਦਰਸ਼ਨ ਇਸ ਟਾਈਮ ਕਰਦੇ ਪਏ ਹੋ ਸ਼ੇਸ਼ਨਾਗ ਮੰਦਿਰ ਦੇ। ਇਸ ਟਾਈਮ ਅਸੀਂ ਤੁਹਾਨੂੰ ਦਰਬਾਰ ਦੇ ਜਿਹੜੇ ਆ ਦਰਸ਼ਨ ਕਰਵਾ ਰਹੇ ਹਾਂ ਅਤੇ ਤੁਸੀਂ ਮੇਰੇ ਨਾਲ ਜਿਹੜੇ ਆ ਸ਼ੇਸ਼ਨਾਗ ਮੰਦਿਰ ਦੇ ਜਿਹੜੇ ਆ ਦਰਸ਼ਨ ਕਰਦੇ ਪਏ ਹੋ। ਅਤੇ ਅੰਦਰ ਚੱਲਦੇ ਹਾਂ ਅਤੇ ਨਾਲ ਦੀ ਨਾਲ ਜਿਹੜਾ ਆ ਅੰਦਰ ਵੀ ਤੁਹਾਨੂੰ ਜਾ ਕੇ ਜਿਹੜਾ ਆ ਦਰਬਾਰ ਦੇ ਜਿਹੜੇ ਦਰਸ਼ਨ ਕਰਾਉਂਦੇ ਹਾਂ। ਦਰਸ਼ਨ ਤੁਸੀਂ ਮੇਰੇ ਨਾਲ ਕਰਦੇ ਪਏ ਹੋ ਸ਼ੇਸ਼ਨਾਗ ਮੰਦਿਰ ਦੇ, ਜਿਹੜਾ ਕਿ ਅਸੀਂ ਬਹੁਤ ਪੁਰਾਣਾ ਮੰਦਿਰ ਲੱਭ ਕੇ ਜਿਹੜੇ ਆ ਤੁਹਾਨੂੰ ਦਰਸ਼ਨ ਕਰਾਉਂਦੇ ਪਏ ਹਾਂ। ਇਸ ਮੰਦਿਰ ਦੀਆਂ ਜਿਹੜੀਆਂ ਵਿਸ਼ੇਸ਼ਤਾਈਆਂ ਨੇ ਉਹ ਬਹੁਤ ਜ਼ਿਆਦਾ ਵਿਸ਼ੇਸ਼ਤਾਈਆਂ ਨੇ। ਕਿਹਾ ਜਾਂਦਾ ਕਿ ਇਸ ਮੰਦਿਰ ਦੇ ਵਿੱਚ ਜਿਹੜਾ ਆ ਆਉਣ ਦੇ ਉੱਤੇ ਮਨ ਨੂੰ ਜਿੰਨਾ ਮਰਜ਼ੀ ਮਨ ਵਿਚਲਿਤ ਹੋਵੇ ਇਸ ਮੰਦਿਰ ਦੇ ਵਿੱਚ ਆਉਂਦੇ ਹੀ ਤੁਹਾਨੂੰ ਜਿਹੜਾ ਆ ਮਨ ਨੂੰ ਪੂਰੀ ਤਰ੍ਹਾਂ ਜਿਹੜੀ ਹੈ ਸ਼ਾਂਤੀ ਮਿਲ ਜਾਂਦੀ ਹੈ। ਸ਼ੇਸ਼ਨਾਗ ਮੰਦਿਰ ਦੇ ਤੁਸੀਂ ਦਰਸ਼ਨ ਕਰਦੇ ਪਏ ਹੋ, ਮੰਦਿਰ ਦੇ ਦਰਸ਼ਨ ਜਿਹੜੇ ਆ ਅਸੀਂ ਤੁਹਾਨੂੰ ਲਗਾਤਾਰ ਕਰਵਾਉਂਦੇ ਪਏ ਹਾਂ। ਨਾਲ ਦੀ ਨਾਲ ਸਾਰੇ ਮੰਦਿਰ ਦਾ ਜਿਹੜਾ ਆਬੋ ਹਵਾ ਆ ਜਿੰਨੀ ਵੀ ਉਹ ਸਾਰੀ ਦੀ ਸਾਰੀ ਜਿਹੜੀ ਹੈ ਅਸੀਂ ਤੁਹਾਨੂੰ ਜਿਹੜਾ ਦਿਖਾ ਰਹੇ ਹਾਂ। ਇੱਧਰ ਚੱਲਦੇ ਹਾਂ, ਇਸ ਟਾਈਮ ਇੱਧਰ ਜੀ ਸ਼ੇਸ਼ਨਾਗ ਜੀ ਦੇ ਮੇਨ ਦਰਬਾਰ ਦੇ ਜਿਹੜੇ ਆ ਉਹ ਤੁਹਾਨੂੰ ਅਸੀਂ ਦਰਸ਼ਨ ਕਰਾਉਣ ਜਾ ਰਹੇ ਹਾਂ। ਅੰਦਰ ਚੱਲਦੇ ਹਾਂ, ਜੋਤ ਦਰਬਾਰ ਦੇ ਉੱਤੇ ਜਿਹੜੀ ਹੈ ਜਾਗ ਰਹੀ ਹੈ ਅਤੇ ਅਸੀਂ ਇਸ ਟਾਈਮ ਪਹੁੰਚ ਗਏ ਜੀ ਸ਼ੇਸ਼ਨਾਗ ਦਰਬਾਰ ਦੇ ਉੱਤੇ। ਤੁਸੀਂ ਇਸ ਟਾਈਮ ਦੇਖਦੇ ਪਏ ਹੋ ਕਿ ਇੱਥੇ ਜਿਹੜਾ ਆ ਲਿਖਿਆ ਵੀ ਹੋਇਆ ਆ ਜੋ ਕਿਰਪਾ ਲੱਸੀ ਸ਼ਿਵਜੀ ਭਗਵਾਨ ਕੇ ਮੰਦਿਰ ਮੇਂ ਡਾਲੇ, ਲੱਸੀ ਕੇ ਸੀਟੇ ਕਹੀਂ ਪਰ ਵੀ ਨਾ ਡਾਲੇ, ਅਗਰਬੱਤੀ ਜਲਾਉਣਾ ਮਨਾ ਹੈ, ਧੂਪ ਉਪਾਸਨਾ ਦੇਕਰ
ਬਾਹਰ ਲਗਾਏ। ਆਪ ਦੇਖਦੇ ਪਏ ਹੋ ਮੇਰੇ ਨਾਲ ਸ਼ੇਸ਼ਨਾਗ ਮੰਦਰ, ਇਹ ਤੁਸੀਂ ਦੇਖਦੇ ਪਏ ਹੋ ਕੋਈ ਪੂਰੇ ਦਾ ਪੂਰਾ ਜਿਹੜਾ ਆ ਉਹ ਇੱਥੇ ਜਿਹੜਾ ਆ ਉਹਨਾਂ ਦੀ ਪਿੰਡੀ ਦਾ ਇੱਕ ਰੂਪ ਜਿਹਨੂੰ ਆਪਾਂ ਕਹਿੰਦੇ ਹਾਂ ਬਣਿਆ ਹੋਇਆ ਆ। ਜੋਤ ਦੇ ਤੁਸੀਂ ਦਰਸ਼ਨ ਕਰਕੇ ਆਪਣੇ ਜਿਹੜੇ ਆ ਉਹ ਆਪਣੇ ਆਪ ਨੂੰ ਨਿਹਾਲ ਕਰ ਸਕਦੇ ਹੋ। ਇਸ ਟਾਈਮ ਤੁਸੀਂ ਦੇਖਦੇ ਪਏ ਹੋ ਮੇਰੇ ਨਾਲ ਸ਼ੇਸ਼ਨਾਗ ਜੀ ਦੇ ਮੰਦਰ ਦੇ ਦਰਸ਼ਨ। ਮੰਦਰ ਕਿੱਥੇ ਆ ਇਹ ਤੁਹਾਡੇ ਨਾਲ ਆਪਾਂ ਹੁਣੇ ਹੀ ਜਿਹੜਾ ਸ਼ੇਅਰ ਕਰਦੇ ਹਾਂ, ਤੁਹਾਡੇ ਨਾਲ ਜਿਹੜੇ ਆ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਕਿ ਮੰਦਰ ਕਿੱਥੇ ਆ। ਸ਼ੇਸ਼ਨਾਗ ਮੰਦਰ ਦੇ ਜਿਹੜੇ ਤੁਸੀਂ ਮੇਰੇ ਨਾਲ ਦਰਸ਼ਨ ਕਰਦੇ ਪਏ ਹੋ ਇਸ ਟਾਈਮ। ਦੇਖੋ ਤਸਵੀਰਾਂ ਜਿਹੜੀਆਂ ਨੇ ਸ਼ੇਸ਼ਨਾਗ ਮੰਦਰ ਦੀਆਂ ਜਿਹੜੀਆਂ ਇਸ ਤਰ੍ਹਾਂ ਜਿਹੜੀਆਂ ਨੇ ਤਸਵੀਰਾਂ ਜਿਹੜੀਆਂ ਦਿਖਾਉਂਦੇ ਪਏ ਹਾਂ। ਅਤੇ ਇਸ ਟਾਈਮ ਜਿਹੜਾ ਆ ਤੁਸੀਂ ਇੱਥੇ ਮੇਰੇ ਨਾਲ ਦੇਖਦੇ ਪਏ ਹੋ ਸ਼ੇਸ਼ਨਾਗ ਮੰਦਰ ਦੇ ਜਿਹੜੇ ਦਰਸ਼ਨ ਅਸੀਂ ਤੁਹਾਨੂੰ ਜਿਹੜੇ ਕਰਵਾ ਰਹੇ ਹਾਂ। ਇਹ ਮੰਦਰ ਦਾ ਮੇਨ ਸਥਾਨ ਜਿਹੜਾ ਆ ਮੰਦਰ ਦਾ ਜਿਹੜਾ ਆ ਉਹ ਦੱਸਿਆ ਜਾਂਦਾ ਆ। ਅਤੇ ਬਹੁਤ ਹੀ ਖੂਬਸੂਰਤ ਅਤੇ ਸ਼ਾਂਤਮਈ ਇਲਾਕਾ ਜਿਹੜਾ ਆ ਉਹ ਤੁਸੀਂ ਇੱਥੇ ਸਾਡੇ ਨਾਲ ਦਰਸ਼ਨ ਕਰਦੇ ਪਏ ਹੋ। ਅਤੇ ਨਾਲ ਦੀ ਨਾਲ ਦੋਸਤੋ ਅਸੀਂ ਤੁਹਾਨੂੰ ਜਿਹੜਾ ਆ ਭਗਵਾਨ ਦੇ ਜਿਹੜੇ ਦਰਸ਼ਨ ਕਰਵਾਉਂਦੇ ਹਾਂ। ਇੱਥੇ ਸ਼ਿਵ ਮੰਦਰ ਵੀ ਬਹੁਤ ਖੂਬਸੂਰਤ ਜਿਹੜਾ ਬਣਿਆ ਹੋਇਆ ਆ ਨੰਦੀ ਜੀ ਮਹਾਰਾਜ। ਪਹਿਲਾਂ ਤਾਂ ਮੰਦਰ ਦੇ ਅੰਦਰ ਐਂਟਰ ਕਰਨ ਤੋਂ ਪਹਿਲਾਂ ਜਿਹੜਾ ਤੁਹਾਨੂੰ ਨੰਦੀ ਜੀ ਮਹਾਰਾਜ ਦੇ ਜਿਹੜੇ ਆ ਉਹ ਦਰਸ਼ਨ ਜਿਹੜੇ ਆ ਕਰਵਾ ਦਿੰਦੇ ਹਾਂ। ਇਸ ਟਾਈਮ ਅਸੀਂ ਨੰਦੀ ਜੀ ਮਹਾਰਾਜ ਤੋਂ ਜਿਹੜੇ ਦਰਸ਼ਨ ਕਰਦੇ ਹੋਏ ਜਿਹੜਾ ਆ ਸ਼ਿਵ ਮੰਦਰ ਦੇ ਲਈ ਚੱਲਾਂਗੇ। ਸ਼ਿਵ ਮੰਦਰ ਦੇ ਲਈ ਤੁਸੀਂ ਦੇਖਦੇ ਪਏ ਹੋ ਬਹੁਤ ਸੋਹਣਾ ਜਿਹੜਾ ਇੱਥੇ ਦਰਵਾਜ਼ਾ ਵੀ ਮੁੱਖ ਦੁਆਰ ਜਿਹੜਾ ਸ਼ਿਵ ਮੰਦਰ ਦਾ ਤੁਸੀਂ ਦੇਖਦੇ ਪਏ ਹੋ। ਮੇਰੇ ਨਾਲ ਮੇਰੇ ਸਾਥੀ ਸੰਜੀਵ ਬਾਬਾ ਜੀ ਨੇ ਜਿਹੜੇ ਕਿ ਮੰਦਰ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੇ ਪਏ ਨੇ। ਅਤੇ ਇਸ ਟਾਈਮ ਅਸੀਂ ਸ਼ਿਵ ਮੰਦਰ ਦੇ ਵਿੱਚ ਜਿਹੜਾ ਪਹੁੰਚ ਗਏ ਹਾਂ। ਕਰੋ ਦਰਸ਼ਨ ਸ਼ਿਵ ਮੰਦਰ ਦੇ। ਜੈ ਸ਼ੰਕਰ, ਜੈ ਸ਼ਿਵ ਸ਼ੰਕਰ, ਜੈ ਸ਼ਿਵ ਸ਼ੰਕਰ, ਜੈ ਭੋਲੇ ਬਾਬਾ। ਆਪ ਤੁਸੀਂ ਦੇਖਦੇ ਪਏ ਹੋ ਮੇਰੇ ਨਾਲ ਇਸ ਟਾਈਮ ਸ਼ਿਵ ਮੰਦਰ ਦੇ ਦਰਸ਼ਨ ਕਰਦੇ ਪਏ ਹੋ। ਸ਼ੇਸ਼ਨਾਗ ਜੀ ਦੀ ਸਾਇਆ ਦੇ ਹੇਠ ਸ਼ਿਵ ਪਿੰਡੀ ਦੇ ਦਰਸ਼ਨ ਕਰ ਸਕਦੇ ਹੋ ਤੁਸੀਂ ਮੇਰੇ ਨਾਲ। ਬਹੁਤ ਹੀ ਖੂਬਸੂਰਤ ਇੱਥੇ ਵੀ ਜਿਹੜੀ ਅਲੱਗ ਤੋਂ ਜਿਹੜੀ ਇੱਕ ਜੋਤ ਆ ਉਹ ਜਲਦੀ ਪਈ ਹੈ। ਅਤੇ ਦਰਸ਼ਨ ਤੁਸੀਂ ਮੇਰੇ ਨਾਲ ਕਰਦੇ ਪਏ ਹੋ ਸ਼ੇਸ਼ਨਾਗ ਮੰਦਰ ਦੇ, ਜੋ ਕਿ ਹੈ ਬਹੁਤ ਖੂਬਸੂਰਤ ਮੰਦਰ ਜਿਹਦੇ ਤੁਸੀਂ ਦਰਸ਼ਨ ਕਰਦੇ ਪਏ ਹੋ ਮੇਰੇ ਨਾਲ। ਅਤੇ ਤੁਹਾਨੂੰ ਅੱਜ ਦੇ ਦਰਸ਼ਨ ਕਿਵੇਂ ਲੱਗੇ ਇਹਦੇ ਬਾਰੇ ਜ਼ਰੂਰ ਦੱਸਿਓ। ਸ਼ੇਸ਼ਨਾਗ ਮੰਦਰ ਜਿਹੜਾ ਆ ਉਹ ਤੁਹਾਨੂੰ ਅਸੀਂ ਦਰਸ਼ਨ ਕਰਵਾ ਰਹੇ ਹਾਂ। ਅਤੇ ਜਦੋਂ ਵੀ ਸਾਡੇ ਕੋਲ ਸੇਵਾਦਾਰ ਪਹੁੰਚਦੇ ਉਹਨਾਂ ਨਾਲ ਇਸ ਮੰਦਰ ਦੀ ਜਿਹੜੀ ਵਿਸ਼ੇਸ਼ਤਾਵਾਂ ਵੀ ਜਿਹੜੀ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ। ਦੋਸਤੋ ਇਸ ਟਾਈਮ ਅਸੀਂ ਸ਼ੇਸ਼ਨਾਗ ਮੰਦਰ ਦੇ ਵਿੱਚ ਪਹੁੰਚੇ ਹੋਏ ਹਾਂ। ਅਤੇ ਤੁਹਾਨੂੰ ਜਿਵੇਂ ਕਿ ਅਸੀਂ ਦੱਸਿਆ ਸੀ ਕਿ ਇਸ ਮੰਦਰ ਦੀ ਵਿਸ਼ੇਸ਼ਤਾਵਾਂ ਕੀ ਹੈਗੀਆਂ ਨੇ ਉਹ ਅਸੀਂ ਇੱਥੋਂ ਦੇ ਸੇਵਾਦਾਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਸੇਵਾਦਾਰ ਸਾਡੇ ਨਾਲ ਮੌਜੂਦ ਆ, ਗੱਲਬਾਤ ਕਰ ਲੈਂਦੇ ਹਾਂ। ਬਾਬਾ ਜੀ ਪਹਿਲਾਂ ਤਾਂ ਆਪਣਾ ਨਾਂ ਦੱਸੋ। ਕੁਲਦੀਪ ਸਿੰਘ ਮੇਰਾ ਨਾਂ ਜੀ। ਬਾਬਾ ਜੀ ਇੱਥੋਂ ਦੇ ਮੰਦਰ ਦਾ ਇਤਿਹਾਸ ਕੀ ਹੈ ਜਾਂ ਜੋ ਵੀ ਜਾਣਕਾਰੀ ਉਹ ਜ਼ਰੂਰ ਦਿਓ ਸੰਗਤਾਂ। ਦੇਖੋ ਜੀ, ਬਾਬਾ ਸ਼ੇਸ਼ਨਾਗ ਜੀ ਦਾ ਜਿਹੜਾ ਦਿਵਯ ਸਥਾਨ ਹੈ ਇਹ ਕਾਫੀ ਸਮੇਂ ਤੋਂ ਪੁਰਾਣਾ ਚੱਲ ਰਿਹਾ, ਕਿਉਂਕਿ ਪਹਿਲੇ ਇੱਥੇ ਕੁਛ ਨਹੀਂ ਸੀ। ਜਦੋਂ ਬਾਬਾ ਜੀ ਇੱਥੇ ਗਣੇਸ਼ਵਰ ਜੀ ਆਏ ਨੇ ਉਹਨਾਂ ਦੀ ਛੱਤਰ ਛਾਇਆ ਵਿੱਚ ਸਾਰਾ ਕਾਰਜ ਜਿਹੜਾ ਇੱਥੇ ਹੁਣ ਸ਼ੁਰੂ ਹੋਈ ਹੈ। ਹੁਣ ਤੋਂ ਇਹ ਜਿਹੜਾ ਪੁਰਾਣਾ ਮੰਦਰ ਬਾਬਾ ਜੀ ਦਾ, ਇਸ ਦੇ ਵਿੱਚ ਹਰ ਸ਼ਨੀਵਾਰ ਨੂੰ ਸਤਸੰਗ ਲੰਗਰ ਹੁੰਦਾ ਹੈ, ਔਰ ਸਾਲ ਦੇ ਵਿੱਚ ਹਰ ਸਾਲ ਜਾਣੀ ਕਿ ਮਹਾਰੁਦਰ ਜਗ ਦੀ ਕਾਰਵਾਈ ਕੀਤੀ ਜਾਂਦੀ ਹੈ। ਇਸ ਵੇਲੇ ਸਾਡਾ ਜਿਹੜਾ ਬਾਬਾ ਜੀ ਦੀ ਕਿਰਪਾ ਨਾਲ ਨੌਵਾਂ ਜਿਹੜਾ ਮਹਾਰੁਦਰ ਜਗ ਉਹ ਖਤਮ ਹੋ ਚੁੱਕਿਆ, ਹੁਣ 12 ਮਹਾਰੁਦਰ ਜਗ ਦੀ ਇਹਨਾਂ ਦੀ ਪੂਰੀ ਤਾਰਗੇਟ ਹੈ। ਸੰਗਤ ਬੜੇ ਉਤਸ਼ਾਹ ਨਾਲ ਆਉਂਦੀ ਹੈ। ਦੂਸਰੀ ਚੀਜ਼ ਹੈ ਕਿ ਜੋ ਵੀ ਬੰਦਾ ਇੱਥੇ ਮੰਨਤ ਆਪਣੀ ਲੈ ਕੇ ਆਉਂਦਾ ਉਹਦੀ ਮਨਸ਼ਾ ਪੂਰੀ ਹੁੰਦੀ ਹੈ। ਕਿਸੇ ਦੇ ਜਾਣੀ ਕਿ ਜਿਸ ਤਰ੍ਹਾਂ ਸੱਪ ਵਗੈਰਾ ਲੜ ਜਾਂਦਾ, ਬਾਬਾ ਜੀ ਇੱਕ ਵਾਰੀ ਫਾਂਡਾ ਪਾਉਂਦੇ ਬੰਦਾ ਠੀਕ ਹੋ ਜਾਂਦਾ। ਔਰ ਸੰਗਤ ਦਾ ਬੜਾ ਉਤਸ਼ਾਹ ਹੈ, ਹਰ ਸਾਲ ਬੜੇ ਮਜ਼ੇ ਨਾਲ ਆਉਂਦੀ ਹੈ ਜੀ। ਠੀਕ, ਦੂਸਰੀ ਗੱਲ ਇਹ ਹੈ ਕਿ ਸੰਗਤ ਜਿਹੜੀ ਹੈ
ਦਿਨ ਤੋਂ ਦਿਨ ਇਹਦੇ ਬਾਬਾ ਜੀ ਦੀ ਕਿਰਪਾ ਦੇ ਨਾਲ ਚੱਲ ਰਹੀ ਹੈ ਜੀ। ਠੀਕ, ਬਾਕੀ ਸਭ ਤੋਂ ਵੱਡੀ ਗੱਲ ਹੈ ਬਾਬਾ ਗਣੇਸ਼ਵਰ ਜੀ ਦਾ, ਉਹਦਾ ਜਿਹੜਾ ਆਪਣਾ ਸੋਚ ਦਾ ਪਲਾਨ ਹੈ ਬਹੁਤ ਵਧੀਆ, ਔਰ ਸਾਡੇ ਹਿੰਦੂ ਧਰਮ ਨੂੰ ਅੱਗੇ ਲੈ ਕੇ ਤੁਰਨ ਵਾਲਾ ਹੈ, ਔਰ ਹਰ ਮਾਨਵਤਾ ਵਾਸਤੇ ਜਿਹੜੀ ਕਿ ਉਹਨਾਂ ਦੀ ਬੜੀ ਕਿਰਪਾ ਹੈ। ਅਸੀਂ ਸੁਣਿਆ ਸੀ ਕਿ ਜਿਸ ਤਰ੍ਹਾਂ ਬਹੁਤ ਸਾਰੇ ਲੋਕ ਜਿਹੜੇ ਆ ਅੱਜ ਕੱਲ੍ਹ ਮਨ ਦੀ ਸ਼ਾਂਤ ਨਹੀਂ ਰਹਿ ਗਈ, ਅਤੇ ਸਾਨੂੰ ਪਤਾ ਲੱਗਿਆ ਵੀ ਇੱਥੇ ਪਹੁੰਚ ਕੇ ਜੇਕਰ ਦਰਸ਼ਨ ਮੇਲੇ ਹੋ ਜਾਂਦੇ ਅਤੇ ਮਨ ਜਿਹੜਾ ਸ਼ਾਂਤ ਹੋ ਜਾਂਦਾ, ਇਹਦੇ ਉੱਤੇ ਤੁਸੀਂ ਕੀ ਕਹੋਗੇ? ਇਹਦੇ ਵਿੱਚ ਬਿਲਕੁਲ ਸਹੀ ਗੱਲ ਹੈ ਜੀ, ਜਿਹੜਾ ਬੰਦਾ ਦੁਖੀ ਪੁਰਾਣੀ ਬਾਹਰੋਂ ਆਉਂਦਾ ਉਹਨੂੰ ਮੈਂ ਕਈ ਵਾਰੀ ਦੇਖਦਾ ਰਹਿੰਦਾ, ਇੱਥੇ ਆਣ ਕੇ ਬਿਲਕੁਲ ਆਉਂ ਹੋਣਗੇ, ਔਰ ਘਰ ਜਾ ਕੇ ਵੀ ਉਹਨਾਂ ਦੀ ਮਨ ਦੀ ਜਿਹੜੀ ਮਨਸ਼ਤਾ ਹੈ ਬਹੁਤ ਸਹੀ ਰਹੇਗੀ, ਮਤਲਬ ਉਹਨਾਂ ਦੀ ਮਤਲਬ ਬੜੀ ਸ਼ਾਂਤੀ ਮਿਲੇਗੀ। ਠੀਕ ਹੈ ਜੀ। ਜਿਹੜੇ ਸੰਗਤ ਤੁਹਾਨੂੰ ਦੇਖ ਰਹੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਸੰਗਤ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਸਾਰਿਆਂ ਨੂੰ ਉਤਸਾਹ ਦੇ ਨਾਲ ਇੱਥੇ ਲਿਆਓ, ਤਾਂ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਬਾਰੇ ਪਤਾ ਲੱਗੇ, ਔਰ ਆਪਣੀ ਮਾਨਵਤਾ ਦੀ ਧਿਆਈ ਨਾਲ ਅੱਛਾ ਕੰਮ ਕਰ ਸਕਣ। ਠੀਕ ਨਹੀਂ, ਔਰ ਦੁਨੀਆ ਦੇ ਵਿੱਚ ਰਹਿ ਕੇ ਜੀ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੀ ਨਸ਼ੇ ਪੱਤੇ ਬਾਹਰ ਨੇ ਬੱਚਿਆਂ ਦੇ, ਜਦੋਂ ਬੱਚਾ ਆਇਆ ਜੇ ਅਗਰ ਧਿਆ ਜਾਂਦਾ ਤਾਂ ਬਹੁਤ ਵੱਡੀਆਂ ਉਹਨਾਂ ਦਾ ਮਤਲਬ ਅਗਲਾ ਜਿਹੜਾ ਸਮੇਂ ਨਿਕਲਦਾ। ਜਿਵੇਂ ਕਿ ਤੁਸੀਂ ਕਿਹਾ ਵੀ ਸੱਪ ਲੜ ਜਾਂਦਾ ਅਤੇ ਬਾਬਾ ਜੀ ਫਾਂਡਾ ਕਰਨ ਤਾਂ ਠੀਕ ਹੋ ਜਾਂਦਾ, ਜਿਵੇਂ ਕਿ ਇਹ 'ਚ ਕੱਖ ਲੱਗ ਜਾਂਦਾ ਜਾਂ ਹੋਰ ਤਰ੍ਹਾਂ ਦੇ ਜਿਹੜੇ ਜ਼ਹਿਰੀਲੇ ਸੱਪ ਵੀ ਲੜ ਜਾਂਦੇ, ਉਹਦਾ ਵੀ ਇਲਾਜ ਹੋ ਜਾਂਦਾ? ਹਾਂਜੀ ਬਿਲਕੁਲ ਜੀ। ਦੇਖੋ ਜੀ, ਬਾਬਾ ਜੀ ਦੀ ਇੱਕ ਸ਼ੱਕਰ ਹੈ, ਬਾਬਾ ਜੀ ਨੇ ਸਿਰਫ ਉਹ ਸ਼ੱਕਰ ਲਾਉਣੀ ਹੈ, ਉਹ ਸ਼ੱਕਰ ਦੇ ਨਾਲ ਹੀ ਉਹਨਾਂ ਜੋ ਵੀ ਆਪਣੀ ਕਾਰਵਾਈ ਕਰਨੀ ਉਹਦੇ ਨਾਲ ਸਭ ਠੀਕ ਹੋ ਜਾਂਦਾ। ਬੜੇ ਬੜੇ ਇੱਥੇ ਜਿਹੜੇ ਲੋਕ ਆਏ ਨੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਸੀ, ਉਹ ਬਹੁਤ ਵਧੀਆ ਠੀਕ ਹੋ ਕੇ ਗਏ ਨੇ, ਕੋਈ ਵੀ ਇੱਥੋਂ ਜਿਹੜੀ ਖਾਲੀ ਨਹੀਂ ਗਿਆ, ਦੁਖੀ ਨਹੀਂ ਗਿਆ। ਠੀਕ ਹੈ ਜੀ। ਦੇਖੋ ਜੀ, ਹੁਣ ਕੱਲ੍ਹ ਜਿਹੜਾ ਸਾਡੇ ਇੱਥੇ ਬਾਬਾ ਜੀ ਦੀ ਕਿਰਪਾ ਦੇ ਨਾਲ ਕੰਮ ਹੋ ਰਿਹਾ, ਇੱਕ ਤਾਂ ਤੁਹਾਡਾ 16 ਤਰੀਕ ਜਿਹੜਾ ਆਪਣਾ ਕ੍ਰਿਸ਼ਨ ਜਨਮ ਅਸ਼ਟਮੀ ਆ ਰਹੀ ਹੈ, ਠੀਕ ਹੈ ਜੀ, 18 ਦੀ ਹੈ, ਔਰ ਉਸ ਤੋਂ ਬਾਅਦ ਉਸ ਅਗਲਾ ਜਿਹੜਾ ਇੱਥੇ ਨਾਗ ਪੰਚਮੀ ਦਾ ਪ੍ਰੋਗਰਾਮ ਹੈ ਉਹ 8 ਸਤੰਬਰ ਦਾ ਹੈਗਾ। ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਬਾਬਾ ਜੀ ਦੀ ਅਗਲੀ ਕਾਰਵਾਈ, ਦਸੰਬਰ ਮਹੀਨੇ ਦਾ ਇੱਕ ਵੱਡਾ ਭੰਡਾਰਾ ਬਾਬਾ ਜੀ ਦਾ ਹੁੰਦਾ, ਠੀਕ ਹੈ ਜੀ, ਹਰ ਸਾਲ ਦੀ ਤਰ੍ਹਾਂ ਹਰ ਸਾਲ ਹੁੰਦਾ। ਉਸ ਤੋਂ ਬਾਅਦ ਜਨਵਰੀ ਫਰਵਰੀ ਦੇ ਵਿੱਚ, ਫਰਵਰੀ ਲਾਸਟ ਦੇ ਵਿੱਚ ਜਾ ਕੇ ਮਹਾਰੂਦਰ ਜਾ ਕੇ ਜਿਹੜਾ ਦਸਵਾਂ ਸ਼ੁਰੂ ਹੋਣਾ, ਅਤੇ ਰੂਟੀਨ ਦੇ ਨਾਲ ਹਰ ਸ਼ਨੀਵਾਰ ਨੂੰ ਬਾਬਾ ਜੀ ਦਾ ਇੱਥੇ ਮਤਲਬ ਜਗ ਚੱਲ, ਹਰ ਸ਼ਨੀਵਾਰ ਨੂੰ ਉਹਦੇ ਵਿੱਚ ਜਿਹੜੇ ਲੋਕ ਜਿਹਨਾਂ ਕੋਈ ਖੁਸ਼ੀ ਮਿਲਦੀ ਹੈ ਬਾਬੇ ਦੀ ਕਿਰਪਾ ਨਾਲ, ਸਾਰੇ ਦੌੜ ਦੌੜ ਕੇ ਆਉਂਦੇ ਆ। ਬਹੁਤ ਸੋਹਣਾ ਜੀ, ਤੁਸੀਂ ਦੇਖਦੇ ਪਿਓ ਮੇਰਾ DPC ਪੰਜਾਬੀ ਦੇ ਉੱਤੇ ਇਹ ਸਾਰਾ ਪ੍ਰੋਗਰਾਮ, ਜਿਹਦੇ 'ਚ ਕੁਲਦੀਪ ਸਿੰਘ ਜੀ ਹੋਣਾ ਨੇ ਦੱਸਿਆ ਕਿ ਇਹ ਜੋ ਸ਼ੇਸ਼ਨਾਗ ਜੀ ਦੀ ਦਰਬਾਰ ਆ ਬਹੁਤ ਹੀ ਪੁਰਾਣਾ ਅਤੇ ਬਹੁਤ ਹੀ ਸ਼ਾਂਤਮਈ ਇਲਾਕੇ ਦੇ ਵਿੱਚ, ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸ ਕੇ ਹਟੇ ਹਾਂ ਕਿ ਇਹ ਦਰਬਾਰ ਆ, ਹਰ ਤਰ੍ਹਾਂ ਦੀ ਮਨੋਕਾਮਨਾ ਇੱਥੇ ਪੂਰੀ ਹੁੰਦੀ ਹੈ, ਅਤੇ ਜੇਕਰ ਤੁਹਾਡਾ ਮਨ ਅਸ਼ਾਂਤ ਰਹਿੰਦਾ ਆ ਤਾਂ ਇੱਕ ਵਾਰੀ ਦਰਸ਼ਨ ਜ਼ਰੂਰ ਕਰਕੇ ਜਾਓ, ਮਨ ਨੂੰ ਬਹੁਤ ਜ਼ਿਆਦਾ ਜਿਹੜੀ ਇੱਥੇ ਆ ਕੇ ਸ਼ਾਂਤੀ ਮਿਲਦੀ ਹੈ, ਜੇਕਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਮਨ ਵਿਚਲਿਤ ਆ ਉਹ ਵੀ ਠੀਕ ਹੋ ਜਾਂਦਾ। ਕੁਲਦੀਪ ਸਿੰਘ ਜੀ, ਹੋਰ ਕੁਝ ਕਹਿਣਾ ਚਾਹੁੰਦੇ? ਦੂਸਰੀ ਇਹ ਹੈ ਕਿ ਬਾਬਾ ਜੀ ਕਈ ਤਰ੍ਹਾਂ ਦੀਆਂ ਦਵਾਈਆਂ ਦਿੰਦੇ ਨੇ, ਉਹ ਫਰੀ ਫੰਡ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਨੇ। ਕਿਸ ਤਰ੍ਹਾਂ ਦੀਆਂ ਦਵਾਈਆਂ? ਜਿਸ ਤਰ੍ਹਾਂ ਹੋ ਗਿਆ, ਤੁਹਾਡੇ ਕਿਸੇ ਨੂੰ ਪੀਲੀਏ ਦੀ ਸ਼ਿਕਾਇਤ ਹੈ, ਕਿਸੇ ਨੂੰ ਕਿਡਨੀ ਦੀ ਸ਼ਿਕਾਇਤ ਹੈ, ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੈ, ਕਿਸੇ ਨੂੰ ਕਿਸੇ ਤਰ੍ਹਾਂ ਮੈਨੂੰ ਦੁੱਖ ਹੈ, ਉਹ ਸਾਰੇ ਜਿਹੜੀਆਂ ਦਵਾਈਆਂ ਫਰੀ ਫੰਡ ਦੇ ਵਿੱਚ ਦਿੰਦੇ ਨੇ। ਦੇਸੀ ਦਵਾਈਆਂ? ਦੇਸੀ ਦਵਾਈਆਂ, ਠੀਕ ਹੈ ਜੀ। ਕੋਈ ਪੈਸਾ ਨਹੀਂ ਲੈਂਦੇ? ਕੋਈ ਪੈਸਾ ਨਹੀਂ ਲੈਂਦੇ, ਬਿਲਕੁਲ ਫਰੀ ਦੇ ਵਿੱਚ ਦਿੰਦੇ। ਸ਼ਨੀਵਾਰ ਨੂੰ, ਸ਼ਨੀਵਾਰ ਨੂੰ ਸਵੇਰੇ ਜਿਸ ਵੇਲੇ ਵੀ ਤੁਸੀਂ ਆ ਸਕਦੇ, ਪੂਰਾ ਦਿਨ ਹੁੰਦਾ ਬਾਬਾ ਜੀ, ਪੂਰਾ ਦਿਨ ਬਹਿੰਦੇ ਲੰਗਰ ਚੌਕੀ ਮਾਰ ਕੇ। ਇਹ ਦੂਸਰੀ ਗੱਲ ਇਹ ਹੈ ਕਿ ਇਹਨਾਂ ਨੂੰ ਕੋਈ ਲਾਲਚ ਨਹੀਂ ਹੈ, ਇਹ ਵੀ ਸਾਡੇ ਵੱਲ ਲਿਖਾਈ, ਉਹ ਜ਼ਿਮੀਦਾਰ ਨੇ ਸਾਰੇ ਕੰਮ ਕਰੇ, ਪੜ੍ਹੇ ਲਿਖੇ ਹਨ, ਇਹਦੀ ਕੋਈ ਗੱਲ ਥੋੜ੍ਹੀ ਹੈ, ਬਹੁਤ ਇਹਨਾਂ ਦੀ ਸੋਚ ਬਹੁਤ ਉੱਚੀ ਹੈ, ਯਾਨੀ ਕਿ ਅਸੀਂ ਵੀ ਬੁੱਢੇ ਹੋ ਗਏ ਅੱਜ ਤੱਕ, ਲੇਕਿਨ ਅਸੀਂ ਸਾਡੀ ਸੋਚ ਐਸੀ ਬੜੀ ਜਿਹੜੀ ਇਹਨਾਂ ਦੀ ਸੋਚ ਹੈ। ਤਾਂ ਦੋਸਤੋ, ਤੁਸੀਂ ਹੁਣੇ ਹੁਣੇ ਸਾਡੇ ਨਾਲ ਜਿਹੜੇ ਦਰਸ਼ਨ ਕੀਤੇ ਨੇ ਸ਼ੇਸ਼ਨਾਗ ਮੰਦਰ ਦੇ, ਬਹੁਤ ਹੀ ਖੂਬਸੂਰਤ ਅਤੇ ਸ਼ਾਂਤਮਈ
ਵਾਤਾਵਰਨ ਦੇ ਵਿੱਚ ਇਹ ਮੰਦਰ, ਤੁਹਾਨੂੰ ਦੱਸ ਦਈਏ ਕਿ ਇਹ ਮੰਦਰ ਝਬਕੜੇ ਦੇ ਵਿੱਚ ਹੈ, ਝਬਕੜਾ ਮਰਾੜਾ। ਜੇਕਰ ਤੁਸੀਂ ਗੁਰਦਾਸਪੁਰ ਤੋਂ ਝਬਕੜੇ ਆਉਂਦੇ ਤਾਂ ਝਬਕੜੇ ਆ ਕੇ ਕਿਸੇ ਨੂੰ ਵੀ ਪੁੱਛ ਸਕਦੇ ਹੋ ਕਿ ਅਸੀਂ ਜਿਹੜਾ ਆ ਸ਼ੇਸ਼ਨਾਗ ਮੰਦਰ ਦੇ ਵਿੱਚ ਜਾਣਾ ਆ। ਬਹੁਤ ਹੀ ਖੂਬਸੂਰਤ ਜਿਹੜਾ ਆ ਮੰਦਰ ਆ ਝਬਕੜੇ ਦੇ ਵਿੱਚ ਸ਼ੇਸ਼ਨਾਗ ਮੰਦਰ, ਇੱਥੋਂ ਤੁਹਾਨੂੰ ਦਰਸ਼ਨ ਕਰਾਏ ਨੇ। ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਵੇਂ ਦਾ ਲੱਗਾ, ਲਾਈਕ ਕਰਕੇ ਸ਼ੇਅਰ ਜ਼ਰੂਰ ਕਰਿਓ, ਨਾਲ ਦੀ ਨਾਲ ਕਮੈਂਟ ਕਰਕੇ ਆਪਣਾ ਫੀਡਬੈਕ ਜ਼ਰੂਰ ਦਿਓ। ਧੰਨਵਾਦ, ਮਿਲਦੇ ਕਿਸੇ ਅਗਲੇ ਪ੍ਰੋਗਰਾਮ 'ਚ।